ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਡੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ। ਇੰਡੀਆ ਦੀ ਹਾਕੀ ਟੀਮ ਦੇ ਸਟਾਰ ਬਲਜੀਤ ਸਿੰਘ ਢਿੱਲੋਂ, ਪੰਜਾਬ ਪੁਲਿਸ ਚ SP ਬਲਜੀਤ ਸਿੰਘ ਢਿੱਲੋਂ, ਗੁਰਦਾਸਪੁਰ ਚ ਤੈਨਾਤ SP ਹੈੱਡਕੁਆਰਟਰ ਬਲਜੀਤ ਸਿੰਘ ਢਿੱਲੋਂ ਦੇ ਘਰ ਆਖਰ ਕੀ ਹੋ ਗਿਆ? ਛੁੱਟੀ ਤੇ ਗਏ ਬਲਜੀਤ ਸਿੰਘ ਢਿੱਲੋਂ ਦੇ ਘਰ ਕੁਛ ਅਜਿਹਾ ਹੋਇਆ ਕਿ ਪੁਲਿਸ ਤੇ ਫਾਇਰ ਬ੍ਰਿਗੇਡ ਚ ਹੜਕੰਪ ਮਚ ਗਿਆ। ਇਹ ਤਸਵੀਰਾਂ ਨੇ ਉਹ ਸਰਕਾਰੀ ਘਰ ਦੀਆਂ ਜੋ ਸਰਕਾਰ ਨੇ SP ਬਲਜੀਤ ਸਿੰਘ ਢਿੱਲੋਂ ਨੂੰ ਠਹਿਰਨ ਵਾਸਤੇ ਦਿੱਤਾ ਹੈ। ਜਲੰਧਰ ਦੇ ਰਹਿਣ ਵਾਲੇ ਬਲਜੀਤ ਸਿੰਘ ਢਿੱਲੋਂ ਛੁੱਟੀ ਤੇ ਜਲੰਧਰ ਗਏ ਸਨ, ਪਰ ਮਗਰੋਂ ਉਹਨਾਂ ਦੀ ਕੋਠੀ ਚ ਕੁਛ ਅਜਿਹਾ ਹੋਇਆ ਕਿ ਹਰ ਕੋਈ ਹੈਰਾਨ ਰਹਿ ਗਿਆ। SP ਦੀ ਕੋਠੀ ਦੇ ਅੰਦਰੋਂ ਧੂੰਆਂ ਨਿਕਲਦਾ ਵੇਖ ਮੁਲਾਜ਼ਮਾਂ ਦੇ ਹੋਸ਼ ਉੱਡ ਗਏ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਬਿਨਾਂ ਦੇਰ ਕੀਤੇ ਮੌਕੇ ਤੇ ਗੱਡੀਆਂ ਭੇਜੀਆਂ ਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ, ਪਰ ਜਦੋਂ ਤੱਕ ਅੱਗ ਬੁਝੀ ਲਗਭਗ ਪੂਰਾ ਮਕਾਨ ਸੜ ਕੇ ਸਵਾਹ ਹੋ ਚੁੱਕਿਆ ਸੀ। ਘਰੇਲੂ ਸਮਾਨ ਤਾਂ ਦੂਰ ਘਰ ਦੇ ਖਿੜਕੀ ਦਰਵਾਜ਼ੇ ਤੱਕ ਨਹੀਂ ਬਚੇ, ਪਰ ਆਖਿਰਕਾਰ SP ਦੀ ਬੰਦ ਕੋਠੀ ਚ ਅੱਗ ਕਿਵੇਂ ਲੱਗ ਗਈ? ਇਹ ਸਾਜਿਸ਼ ਹੈ ਜਾਂ ਘਟਨਾ, ਇਸ ਦਾ ਖੁਲਾਸਾ ਤਾਂ ਜਾਂਚ ਤੋਂ ਬਾਅਦ ਹੀ ਹੋਏਗਾ, ਪਰ ਫਿਲਹਾਲ ਸਮੇਂ ਰਹਿੰਦਿਆਂ ਪਤਾ ਲੱਗਣ ਕਾਰਨ ਇਸ ਘਟਨਾ ਨੇ ਵੱਡਾ ਰੂਪ ਲੈਣ ਤੋਂ ਬਚਾ ਹੋ ਗਿਆ। ਘਰ ਵਿਚ ਜਿਸ ਵੇਲੇ ਅੱਗ ਲੱਗੀ ਉਸ ਵੇਲੇ ਘਰ ਚ 3 ਸਿਲੰਡਰ ਮੌਜੂਦ ਸੀ। ਜੇਕਰ ਸਿਲੰਡਰ ਅੱਗ ਫੜ ਲੈਂਦੇ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਤੁਹਾਨੂੰ ਦੱਸ ਦਈਏ, SP ਸਾਹਿਬ ਦੀ ਕੋਠੀ ਜਿਸ ਇਲਾਕੇ ਚ ਹੈ ਉਸ ਦੇ ਆਸ ਪਾਸ ਸਾਰੇ ਸਰਕਾਰੀ ਅਫਸਰ ਰਹਿੰਦੇ ਨੇ। ਇਸ ਵਜ੍ਹਾ ਦੇ ਚਲਦਿਆਂ SP ਦੀ ਕੋਠੀ ਚ ਅੱਗ ਦੇ ਨਾਲ ਦਹਿਸ਼ਤ ਦਾ ਮਾਹੌਲ ਵੀ ਰਿਹਾ। ਪਰ ਇੱਕ ਵਾਰ ਫੇਰ ਉਹੀ ਸਵਾਲ ਸਭ ਦੇ ਜ਼ਿਹਨ ਚ ਆਂਦਾ ਹੈ ਕਿ SP ਸਾਹਿਬ ਦੀ ਕੋਠੀ ਚ ਅੱਗ ਕਿਵੇਂ ਲੱਗ ਗਈ? ਤੁਸੀਂ ਆਪ ਹੀ ਸੁਣੋ ਪੁਲਿਸ ਮੁਲਾਜ਼ਮਾਂ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਜ਼ੁਬਾਨੀ, ਆਖਰਕਾਰ ਪੂਰੀ ਘਟਨਾ ਕੀ ਸੀ? ਸੂਚਨਾ ਦਿੱਤੀ ਹੈ ਕਿ SSP ਕੋਠੀ ਆਪਣੇ ਜਿਹੜੇ ਹੈਗੇ ਆਪਣੇ ਬਲਜੀਤ ਸਿੰਘ ਢਿੱਲੋਂ ਜੀ, ਉਹਨਾਂ ਦੇ ਕੋਠੀ ਅੰਦਰ ਅੱਗ ਲੱਗ ਗਈ ਅਤੇ ਗੱਡੀਆਂ ਅਸੀਂ ਦੋਨੇ ਰਵਾਨੇ ਕਰ ਸਕੀਆਂ ਜੀ। ਛੋਟੀ ਜੀਪ ਵੀ ਭੇਜੀ ਹੈ ਔਰ ਵੱਡੀ ਗੱਡੀ ਭੇਜ ਦਿੱਤੀ ਹੈ, ਮੌਕੇ ਅਨੁਸਾਰ ਜੋ ਵੀ ਵਰਤੋਂ ਵਿੱਚ ਆ ਸਕਦੀ ਹੈ। ਔਰ ਇੱਥੇ ਆ ਕੇ ਦੇਖਿਆ ਵੀ ਇਹ ਮਕਾਨ ਦੇ ਅੰਦਰ ਬਾਕੀ ਕੋਈ ਹੈ ਨਹੀਂ ਸੀਗਾ ਜੀ, ਔਰ ਕੋਠੀ ਖਾਲੀ ਸੀ, ਆਪਣੇ ਸਮਾਨ ਸਮੂਨ ਸੀਗਾ ਉਹਦਾ, ਔਰ ਆਪ ਛੁੱਟੀ ਦੇ ਗਏ ਸੀ। ਔਰ ਉਹਦੇ ਨਾਲ ਅੱਗ ਦੇ ਨਾਲ ਥੋੜ੍ਹਾ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ, ਬੈੱਡ ਵਗੈਰਾ ਔਰ ਥੋੜ੍ਹਾ ਸੋਫੇ ਨੁਕਸਾਨ, ਦਰਵਾਜ਼ੇ ਵਗੈਰਾ ਸੜ ਗਏ ਨੇ। ਔਰ ਮੈਂ ਕਿਹਾ 3 ਸਿਲੰਡਰ LPG ਸੀਗੇ ਅਤੇ ਉਹਦੇ ਵਿਚਾਲੇ ਗਏ ਨੇ, ਕੱਢ ਦਿੱਤੇ ਤੇ, ਨਹੀਂ ਤਾਂ ਹੋਰ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਸੀ। ਸਾਨੂੰ ਦਫ਼ਤਰ ਫੋਨ ਆਇਆ ਸੀਗਾ ਵੀ ਇੱਥੇ ਨਾਲ ਗਾਰਡ ਦੇ SP ਸਾਹਿਬ ਦੇ ਹੈੱਡਕੁਆਰਟਰ ਸਾਹਿਬ ਦੇ ਸੰਥੀਆਂ ਨੇ, ਇੱਥੇ ਧੂੰਆਂ ਨਿਕਲ ਰਿਹਾ। ਉਹਨਾਂ ਨੇ ਤਾਲਾ ਤੋੜ ਕੇ ਦੇਖਿਆ ਕਿਉਂਕਿ ਅੰਦਰ ਬਹੁਤ ਜ਼ਿਆਦਾ ਅੱਗ ਲੱਗੀ ਸੀ, ਫਿਰ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਫਿਰ ਉਹ ਆ ਗਏ, ਉਹਨਾਂ ਨੇ ਕੰਟਰੋਲ ਕੀਤਾ। ਅੰਦਰ ਤਾਂ ਬੜੇ ਨਹੀਂ ਜਾ ਰਿਹਾ, ਬਹੁਤ ਧੂੰਆਂ ਨਿਕਲ ਰਿਹਾ ਸੀ। ਕੀ ਨੁਕਸਾਨ ਹੋਇਆ? ਨੁਕਸਾਨ ਉਹਨਾਂ ਦਾ ਤਾਂ ਇੱਕ AC ਸੜ ਗਿਆ ਅੰਦਰੋਂ, ਬਾਕੀ ਦਰਵਾਜ਼ੇ ਤਾਂ ਸਾਰੇ ਸੜ ਗਏ ਪਿਛਲੇ ਪਾਸੇ, ਬਾਕੀ ਹੁਣ ਦੇਖ ਰਹੇ ਹਾਂ ਗੈਸ ਦਾ ਬਚਾਅ। ਸਭ ਛੁੱਟੀ ਦੇ ਨੇ, ਕਿਹੜੀ ਜਗ੍ਹਾ ਗਏ? ਜਲੰਧਰ।